ਜਿੰਦਾ ਜਿਹੜਾ ਹੈ ਉਹ ਫੜਨਾ ਹੀ ਨਹੀਂ ਚਾਹੀਦਾ ਸੀ, ਉਹ ਦਿਖਾਣਾ ਹੀ ਨਹੀਂ ਚਾਹੀਦਾ ਸੀ। ਔਰ ਕਹਿੰਦੇ ਬਾਰ ਬਾਰ ਸਪੀਕਰ ਵੀ ਇਸ਼ਾਰੇ ਕਰ ਰਹੇ ਸੀ, ਟਿਕ ਟਿਕ ਕਰ ਰਹੇ ਸੀ ਇਸ਼ਾਰੇ ਥੋੜੇ। ਮੈਂ ਤਾਂ ਦੇਖ ਰਿਹਾ ਸੀ, ਉਹ ਮੈਨੂੰ ਚੰਗਾ ਲੱਗਿਆ ਉਹ ਗਿਫਟ ਹੈ। ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਸਪੀਕਰ ਨੂੰ ਗਿਫਟ ਦਿੱਤਾ, ਮੈਨੂੰ ਗਿਫਟ ਦਿੱਤਾ। ਮੈਂ ਤਾਂ ਉਹ ਤਾਂ ਭਾਵੇਂ ਨੂਣ ਦੀ ਦਲੀ ਦੇ ਦਿੰਦੇ ਮੈਨੂੰ। ਮੈਂ ਤਾਂ ਧੰਨਵਾਦੀ ਹਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ। ਉਹਨਾਂ ਨੇ ਇੱਕ ਸਿੰਬੋਲਿਕਲੀ, ਉਹ ਸਿੰਬੋਲਿਕ ਗੱਲ ਸੀ ਵੀ ਆਪਾਂ ਅੰਦਰ ਆ ਕੇ ਬੈਠੀਏ, ਲੇਕਿਨ ਜਿੰਦਾ ਲਾਉਣਾ ਲਾਉਣਾ ਕਿਸੇ ਨੇ ਨਹੀਂ ਹੈ। ਸੋ ਗੱਲ ਤਾਂ ਇੱਕ ਸਮਝਾਉਣ ਦੀ ਹੈ। ਸੋ ਬੜੀ ਅੱਛੀ ਉਹਨਾਂ ਦੀ ਜਿਹੜੀ ਅਪਰੋਚ ਆ ਮੁੱਖ ਮੰਤਰੀ ਸਾਹਿਬ ਦੀ। ਨਹੀਂ ਤਾਂ ਆਮ ਤੌਰ 'ਤੇ ਅਪਰੋਚ ਇਹ ਹੁੰਦੀ ਹੈ ਵੀ ਸਰਕਾਰ ਨੂੰ ਇਹ ਹੁੰਦਾ ਵੀ ਵਿਰੋਧੀ ਹੈ, ਇਹਨਾਂ ਨੂੰ ਚੱਕ ਕੇ ਬਾਹਰ ਮਾਰੋ। ਕੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸਪੀਕਰ ਸਾਹਿਬ ਜਿਹੜੀ ਇਹ ਤਸਵੀਰ ਬਣੀ ਹੈ, ਕਿਉਂਕਿ ਲੋਕ ਇਹ ਕਹਿ ਰਹੇ ਨੇ ਕਿ ਚੁਣੇ ਹੋਏ ਨੁਮਾਇੰਦੇ ਨੇ 70-70 ਲੱਖ ਰੁਪਇਆ ਜਿਹੜਾ ਹੈ ਉਹ ਇੱਕ ਇੱਕ ਸੈਸ਼ਨ ਦਾ ਖਰਚਾ ਆ ਜਾਂਦਾ, ਤਾਂ ਕਹਿੰਦੇ ਇੱਥੇ ਗੱਲਾਂ ਬਹਿ ਕੇ ਹੋਣੀਆਂ ਚਾਹੀਦੀਆਂ, ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ। ਤਾਂ ਉਹੀ ਤਾਂ ਕਹਿ ਰਹੇ ਸੀ ਮਾਣਯੋਗ ਮੁੱਖ ਮੰਤਰੀ ਸਾਹਿਬ, ਉਹਨਾਂ ਦੀ ਇਹੀ ਮੰਗ ਸੀ। ਔਰ ਮੈਂ ਤਾਂ ਹਰ ਸੈਸ਼ਨ 'ਚ ਇਹ ਕਹਿੰਦਾ ਵੀ ਬਹਿ ਕੇ ਆਪਾਂ ਚਰਚਾ ਕਰੀਏ, ਜਿੰਦਾ ਕਦੀ ਮੁੜ ਕੇ ਹੁਣ ਦੁਬਾਰਾ ਫਿਰ ਚਰਚਾ 'ਚ ਆਊ। ਜਿੰਦਾ ਮੈਨੂੰ ਤਾਂ ਗਿਫਟ ਦਿੱਤਾ ਉਹਨਾਂ ਨੇ, ਮੈਂ ਤਾਂ ਦੇਖੂੰਗਾ, ਮੈਂ ਰੂਲਸ ਜੇ ਪਰਮਿਟ ਕਰਦੇ ਤਾਂ ਮੈਂ ਘਰ ਲੈ ਕੇ ਜਾਊਂਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੋਣੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਕਿਉਂਕਿ ਕੱਲ੍ਹ ਜਿੰਦੇ ਨੂੰ ਲੈ ਕੇ ਬਹੁਤ ਰੌਲਾ ਪਿਆ, ਜਿੰਦੇ ਨੂੰ ਲੈ ਕੇ ਸਿਆਸੀ ਸੰਗਰਾਮ ਬਣਿਆ। ਸਪੀਕਰ ਸਾਹਿਬ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਪੀਕਰ ਸਾਹਿਬ, ਕੱਲ੍ਹ ਜਿੰਦਰੇ ਨੇ ਬਹੁਤ ਕਹਿੰਦੇ ਚਰਚਾ ਛੇੜ ਦਿੱਤੀ, ਬਹੁਤ ਸਾਰੇ ਲੋਕ ਉਸਦੇ ਉੱਤੇ ਆਪਣੀ ਆਪਣੀ ਪ੍ਰਤੀਕਿਰਿਆਵਾਂ ਦੇਖ ਰਹੇ ਹੋ, ਤੁਸੀਂ ਕਿਵੇਂ ਦੇਖਦੇ ਹੋ ਕੱਲ੍ਹ ਜੋ ਸਦਨ ਦੇ ਵਿੱਚ? ਮੈਂ ਤਾਂ ਧੰਨਵਾਦੀ ਹਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ। ਉਹਨਾਂ ਨੇ ਇੱਕ ਸਿੰਬੋਲਿਕਲੀ ਕਹਿੰਦੇ ਨਾ, ਧੀਏ ਗੱਲ ਸੁਣਨ ਨੂੰ ਇਹ ਕੰਨ ਕਰ, ਕਹਿਣਾ ਧੀ ਨੂੰ ਸੁਣਾਉਣਾ ਨੂੰ, ਹਾਂ ਉਹ ਸਿੰਬੋਲਿਕ ਗੱਲ ਸੀ ਵੀ ਆਪਾਂ ਅੰਦਰ ਆ ਕੇ ਬੈਠੀਏ। ਜਦੋਂ ਕੋਈ ਪੰਜਾਬ ਦੀ ਭਲਾਈ ਲਈ ਡਿਸਕਸ਼ਨ ਹੋਣੀ ਉੱਥੇ ਸਾਰੇ ਮਾਣਯੋਗ ਵਿਧਾਇਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਹਨਾਂ ਨੇ ਇਕੱਲੇ ਜਿਹੜੇ ਵਿਰੋਧੀ ਧਿਰ ਉਹਨਾਂ ਨੂੰ ਨਹੀਂ ਕਿਹਾ, ਉਹਨਾਂ ਨੇ ਆਪਣਿਆਂ ਲਈ ਵੀ ਕਿਹਾ, ਕਹਿੰਦੇ ਇਹਨਾਂ ਲਈ ਵੀ ਜਿੰਦਾ ਹੈਗਾ, ਲੇਕਿਨ ਜਿੰਦਾ ਲਾਉਣਾ ਲਾਉਣਾ ਕਿਸੇ ਨੇ ਨਹੀਂ ਹੈ। ਸੋ ਗੱਲ ਤਾਂ ਇੱਕ ਸਮਝਾਉਣ ਦੀ ਹੈ। ਸੋ ਬੜੀ ਅੱਛੀ ਉਹਨਾਂ ਦੀ ਜਿਹੜੀ ਅਪਰੋਚ ਆ ਮੁੱਖ ਮੰਤਰੀ ਸਾਹਿਬ ਦੀ। ਨਹੀਂ ਤਾਂ ਆਮ ਤੌਰ 'ਤੇ ਅਪਰੋਚ ਇਹ ਹੁੰਦੀ ਹੈ ਵੀ ਸਰਕਾਰ ਨੂੰ ਇਹ ਹੁੰਦਾ ਵੀ ਵਿਰੋਧੀ ਹੈ, ਇਹਨਾਂ ਨੂੰ ਚੱਕ ਕੇ ਬਾਹਰ ਮਾਰੋ। ਹਾਲਾਂਕਿ ਵਿਰੋਧੀ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਇਹ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਗੱਲ ਸਹੀ ਹੀ ਨਹੀਂ ਬੈਠਦੀ, ਕਹਿੰਦੇ ਉਹ ਈਵਨ ਸਪੀਕਰ ਨੂੰ ਵੀ ਕਹਿੰਦੇ ਉਹ ਤਾਲਾ ਜਿੰਦਾ ਜਿਹੜਾ ਹੈ ਉਹ ਫੜਨਾ ਹੀ ਨਹੀਂ ਚਾਹੀਦਾ ਸੀ, ਉਹ ਦਿਖਾਣਾ ਹੀ ਨਹੀਂ ਚਾਹੀਦਾ ਸੀ। ਔਰ ਕਹਿੰਦੇ ਬਾਰ ਬਾਰ ਸਪੀਕਰ ਵੀ ਇਸ਼ਾਰੇ ਕਰ ਰਹੇ ਸੀ, ਟਿਕ ਟਿਕ ਕਰ ਰਹੇ ਸੀ ਇਸ਼ਾਰੇ ਥੋੜੇ। ਮੈਂ ਤਾਂ ਦੇਖ ਰਿਹਾ ਸੀ, ਉਹ ਮੈਨੂੰ ਚੰਗਾ ਲੱਗਿਆ, ਉਹ ਗਿਫਟ ਹੈ। ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਸਪੀਕਰ ਨੂੰ ਗਿਫਟ ਦਿੱਤਾ, ਮੈਨੂੰ ਗਿਫਟ ਦਿੱਤਾ। ਮੈਂ ਤਾਂ ਉਹ ਤਾਂ ਭਾਵੇਂ ਨੂਣ ਦੀ ਦਲੀ ਦੇ ਦਿੰਦੇ ਮੈਨੂੰ, ਲੀਡਰ ਆਫ ਹਾਊਸ ਆ ਬਾਜਵਾ ਸਾਹਿਬ, ਮੈਨੂੰ ਕੋਈ ਗਿਫਟ ਦੇ ਦੇਣ, ਮੈਂ ਤਾਂ ਉਹਨਾਂ ਦੀ ਇੱਜ਼ਤ ਕਰਨੀ ਕਰਨੀ। ਕਿਵੇਂ ਦੇਖਦੇ ਹੋ ਜਿਹੜੀ ਕੱਲ੍ਹ ਤਸਵੀਰ ਗਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਸਪੀਕਰ ਸਾਹਿਬ, ਜਿਹੜੀ ਇਹ ਤਸਵੀਰ ਬਣੀ ਹੈ, ਕਿਉਂਕਿ ਲੋਕ ਇਹ ਕਹਿ ਰਹੇ ਨੇ ਕਿ ਚੁਣੇ ਹੋਏ ਨੁਮਾਇੰਦੇ ਨੇ 70-70 ਲੱਖ ਰੁਪਇਆ ਜਿਹੜਾ ਹੈ ਉਹ ਇੱਕ ਇੱਕ ਸੈਸ਼ਨ ਦਾ ਖਰਚਾ ਆ ਜਾਂਦਾ, ਤਾਂ ਕਹਿੰਦੇ ਇੱਥੇ ਗੱਲਾਂ ਬਹਿ ਕੇ ਹੋਣੀਆਂ ਚਾਹੀਦੀਆਂ, ਮੁੱਦਿਆਂ ਦੇ ਉੱਤੇ ਚਰਚਾ ਹੋਣੀ ਚਾਹੀਦੀ। ਤਾਂ ਉਹੀ ਤਾਂ ਕਹਿ ਰਹੇ ਸੀ ਮਾਣਯੋਗ ਮੁੱਖ ਮੰਤਰੀ ਸਾਹਿਬ, ਉਹਨਾਂ ਦੀ ਇਹੀ ਮੰਗ ਸੀ। ਔਰ ਮੈਂ ਤਾਂ ਹਰ ਸੈਸ਼ਨ 'ਚ ਇਹ ਕਹਿੰਦਾ ਵੀ ਬਹਿ ਕੇ ਆਪਾਂ ਚਰਚਾ ਕਰੀਏ। ਹਾਲਾਂਕਿ ਜਿਹੜੇ ਨਾਅਰੇਬਾਜ਼ੀ ਸਪੀਕਰ ਸਾਹਿਬ ਤੁਸੀਂ ਲਾਉਂਦੇ ਹੁੰਦੇ ਸੀਗੇ, ਉਹੀ ਨਾਅਰੇਬਾਜ਼ੀ ਹੁਣ ਜਦੋਂ ਤੁਹਾਨੂੰ ਸੁਣਨੀ ਪੈਂਦੀ ਹੁੰਦੀ ਹੈ, ਤਾਂ ਕੀ ਮਹਿਸੂਸ ਕੀ ਹੁੰਦਾ? ਨਹੀਂ ਨਹੀਂ ਇਹ ਤਾਂ ਜੀ ਡੈਮੋਕ੍ਰੇਸੀ ਦੀ ਬਿਊਟੀ ਹੈ, ਕੋਈ ਗੱਲ ਨਹੀਂ, ਆਪਾਂ ਡਿਊਟੀ ਕਰਦੇ ਹਾਂ, ਆਪਣੀ ਡਿਊਟੀ ਕਰਦੇ। ਵਿਰੋਧੀ ਧਿਰ ਦਾ ਕੰਮ ਨਾਅਰੇ ਲਾਉਣਾ ਹੈਗਾ ਜੀ। ਜਿੰਦਾ ਕਦੀ ਮੁੜ ਕੇ ਹੁਣ ਦੁਬਾਰਾ ਫਿਰ ਚਰਚਾ 'ਚ ਆਊਗਾ? ਜਿੰਦਾ ਮੈਨੂੰ ਤਾਂ ਗਿਫਟ ਦਿੱਤਾ ਉਹਨਾਂ ਨੇ, ਮੈਂ ਤਾਂ ਦੇਖੂੰਗਾ, ਮੈਂ ਰੂਲਸ ਜੇ ਪਰਮਿਟ ਕਰਦੇ ਹੋ ਤਾਂ ਮੈਂ ਘਰ ਲੈ ਕੇ ਜਾਊਂਗਾ। ਠੀਕ ਹੈ, ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਹਿ ਰਹੇ ਨੇ ਕਿ ਜਿੰਦਾ ਤਾਂ ਮੈਨੂੰ ਉਹਨਾਂ ਨੇ ਗਿਫਟ ਦਿੱਤਾ, ਤਾਂ ਮੈਂ ਤਾਂ ਘਰ ਲੈ ਕੇ ਜਾਊਂਗਾ। ਪਰ ਉਹ ਕਹਿ ਰਹੇ ਸੀ ਕਿ ਇੱਕ ਸਿੰਬੋਲਿਕ ਤੌਰ ਦੇ ਉੱਤੇ
ਜੋ ਜਿੰਦਾ ਉਹ ਦੇਖ ਕੇ ਉਹਨਾਂ ਦੇ ਵੱਲੋਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਹਿ ਕੇ ਚਰਚਾ ਕਰੀਏ। ਕਹਿੰਦੇ ਨਾ ਹੀ ਸਿਰਫ ਵਿਰੋਧੀਆਂ ਨੂੰ ਕਿਹਾ, ਓਪੋਜੀਸ਼ਨ ਨੂੰ ਕਿਹਾ ਚਰਚਾ ਕਰਨ ਵਾਸਤੇ, ਬਲਕਿ ਸਾਡੇ ਕਹਿੰਦੇ ਆਪ ਦੇ ਜਿਹੜੇ ਇੱਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਤੁਸੀਂ ਵੀ ਬੈਠੋ, ਚਰਚਾ ਕਰੋ ਔਰ ਬੈਠ ਕੇ ਸਦਨ ਦੀ ਕਾਰਵਾਈ ਦੇ ਵਿੱਚ ਸ਼ਾਮਲ ਹੋ। ਕੈਮਰਾਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ। ਜੋ ਭਗਵੰਤ ਮਾਨ ਸਰਕਾਰ ਨੇ ਸਕੀਮ ਚਲਾਈ ਹੈ ਘਰ ਘਰ ਰਾਸ਼ਨ ਪਹੁੰਚਾਉਣ ਦੀ, ਆਪਾਂ ਉਹਦੇ ਤਹਿਤ ਰਾਸ਼ਨ ਵੰਡ ਰਹੇ ਹਾਂ ਜੀ। ਭਗਵੰਤ ਮਾਨ ਸਰਕਾਰ ਨੇ ਕਰੀ ਸੀਗੀ ਯੋਜਨਾ ਸ਼ੁਰੂ, ਉਹਦੇ ਤਹਿਤ ਵਧੀਆ ਪੈਕਿੰਗ ਅਤੇ ਵਧੀਆ ਪੈਕਿੰਗ ਰਹੀ ਆਪਣੇ ਕੋਲ ਸਮਾਨ ਆ ਰਿਹਾ ਜੀ। ਤੁਸੀਂ ਦੇਖ ਵੀ ਸਕਦੇ ਹੋ ਪੈਕਿੰਗ ਵਧੀਆ ਜੀ, ਸਭ ਕੁਝ ਵਧੀਆ ਜੀ, ਆਟਾ ਵੀ ਵਧੀਆ ਜੀ। ਸਾਡੇ ਕੋਲ ਰਿਪੋਰਟ ਆ ਰਹੀ ਹੈ ਕਿ ਆਟਾ ਵਧੀਆ ਆ ਰਿਹਾ ਸਾਡੀ। ਹਾਂਜੀ, ਅਤੇ ਆਪਾਂ ਬੰਦੇ ਆਉਂਦੇ ਹਾਂ ਜੀ, ਘਰ ਘਰ ਜਾ ਕੇ ਪਰਚੀ ਕੱਢਦੇ ਹਾਂ ਜੀ, ਅਤੇ ਘਰ ਘਰ ਜਾ ਕੇ ਰਾਸ਼ਨ ਦੇ ਕੇ ਆ ਰਹੇ ਹਾਂ ਜੀ। ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ, ਸਰਕਾਰ ਨੇ ਬਹੁਤ ਵਧੀਆ ਸੁਵਿਧਾ ਕੀਤੀ ਹੈ, ਘਰ ਘਰ ਸਾਨੂੰ ਗਰੀਬਾਂ ਨੂੰ ਰਾਸ਼ਨ ਪਹੁੰਚਾਇਆ ਜੀ, ਬਹੁਤ ਬਹੁਤ ਧੰਨਵਾਦ ਜੀ। ਕੋਈ ਬੰਦਾ ਦਿਹਾੜੀ 'ਤੇ ਗਿਆ ਹੋਇਆ, ਉਧਰੋਂ ਆਟਾ ਦਾਲ ਵਾਲੀ ਗੱਡੀ ਲੰਘ ਗਈ, ਉਹ ਫਿਰ ਕਿੱਥੋਂ ਲੱਭੂਗਾ? ਅਸੀਂ ਪੁੱਛਾਂਗੇ ਕਿ ਜੀ ਕਿੰਨੇ ਵਜੇ ਆਈਏ ਘਰ, ਜੇ ਤੁਸੀਂ ਕਹੋਗੇ ਜੀ 6 ਵਜੇ ਦਿਹਾੜੀ ਤੋਂ ਆਉਣਾ ਮੈਂ, 6:30 ਆ ਜਾਓ, 6:30 ਆ ਕੇ ਤੁਹਾਡੇ ਘਰ ਆਟਾ ਦਾਲ ਜਿਹੜੇ ਹੈ ਉਹ ਆ ਕੇ ਫੜਾ ਕੇ ਜਾਣਗੇ। ਪੰਜਾਬ ਸਰਕਾਰ ਲੋਕਾਂ ਦੀ ਮਿੱਤਰ, ਸਰਕਾਰੀ ਸੇਵਾ ਪੁੱਜੀ ਘਰ ਘਰ।